चिट्टे फेस ने उन्होंने कौन बई उड़ी चाहिए है, उन्होंने पढ़ के अंदर ढकना चाहिए। कोई सरकार आ सब लाल भूप दे के परे हो जाते हैं, फड़ो जरा चिट्टा बेचते हैं। जे कंप्लेटा भी कर दिया कोई नहीं पढ़ता इतने, मैं दस बारी कंप्लेट करी आ इतने कोई नहीं पढ़ता। जे पढ़ते तो गल कर हाले चार दिन हुए ने मेरे पिंड से रोज मेला लगे आता कोई पढ़ता इन्हों पता नहीं चले पढ़ता पांच बंदे बेच रहे मेरे पिंड मेरे पिंड बंदे कोई नहीं पढ़ता कोई नहीं पढ़ता कोई भगवान मान है किसी ने नहीं पूछना इतने मेरा तो क्या है मैं तो बहुत बचाऊंगा जी मजदूरी कर करके नहीं जो नशा करते बहुत पता सारे पता मापा की करूंगा मापा कूच जावे भाई मैदा जिन्नी कहो ओनी कंप्लेट कोई नहीं पाए पिंड पांच बंदे पता नहीं रोज किन्ने उजड़ते अच्छा कोई पुछता कोई नहीं पुछता मेरा तो क्या मेरा तो क्या है मैं तो बहुत बचाऊंगा जी मैं मेरे पिंड पंच बेच दे मुंडा ब्याया होया जी नहीं नहीं जी कुमारा जी कुमारा जी भाई मैं तो मजदूरी कर करके पाले नहीं जब ये नशा करते तुसी कंप्लेंट नहीं कीती भाई जी बहुत पता सारे नु पता मापा की करूंगा मापा कूच जावे भाई मैं तो जिन्नी कहो ओनी कंप्लेंट हुण
ਪੰਜਾਬ ਸਰਕਾਰ ਨੂੰ ਕਹੋ ਮੇਰਾ ਮੁੰਡਾ ਵਾਪਸ ਕਰੋ। ਭਾਈ ਜੀ ਇਹਦਾ ਸਭ ਠੱਗ ਨੇ ਮੇਰੇ ਮੁੰਡੇ ਨੂੰ ਬਾਅਦ ਮੇਰੇ ਪਿੰਡ ਵੇਚ ਰਹੇ ਆ। ਮੈਂ 20 ਵਾਰੀ ਗਿਆ ਕੋਈ ਨਹੀਂ ਕਹਿੰਦਾ। ਕਿਹੜਾ ਪਿੰਡ ਤੇਰਾ ਜੀ? ਮੇਰਾ ਪਿੰਡ ਲੋਹਗੜਾ, ਜ਼ਿਲ੍ਹਾ ਲੁਧਿਆਣਾ ਲੋਹਗੜਾ ਜੀ, ਗੁਜਰਾਲ ਦੇ ਕੋਲ ਆ ਮੇਰਾ ਪਿੰਡ। ਭਾਈ ਜੀ ਕੋਈ ਨਹੀਂ ਇੱਥੇ ਪੁੱਛ। ਨਹੀਂ ਜਿਹੜੇ ਨਸ਼ਾ ਵੇਚਦੇ ਉਹਨਾਂ ਦਾ ਨਾਂ ਕੀ ਹੈ? ਭਾਈ ਅਗਲਾ ਨੂੰ ਤਾਂ ਰੂਪੀ ਆ, ਰੂਪੀ ਜ਼ਿਮੀਦਾਰ ਦਾ ਬੰਦੇ, ਰੂਪੀ ਜ਼ਿਮੀਦਾਰ ਦਾ। ਹਾਂ ਤੇ ਹੋਰ ਕਿਹੜੇ ਬੰਦੇ ਆ? ਚਾਰ ਉਹਦੇ ਨਾਲ ਹੋਰ ਨੇ। ਜਾਣਦੇ ਹੋ ਨਾਮ ਉਹਨਾਂ ਦੇ? ਮੈਂ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਜਿੰਦਰ ਸਿੰਘ ਆ ਜੀ, ਜਿੰਦਰ ਸਿੰਘ ਜੀ। ਹਰਜਿੰਦਰ ਸਿੰਘ, ਇਹ ਮੁੰਡਾ ਤੁਹਾਡਾ ਅੱਜ ਲੁਧਿਆਣੇ ਦੀ ਇਹ ਮੈਟ੍ਰਿਕ ਦੇ ਵਿੱਚ ਮਿਲਿਆ ਨਸ਼ੇ ਦੀ ਹਾਲਤ ਦੇ ਵਿੱਚ, ਉਹਦੀ ਡੈਥ ਹੋ ਗਈ, ਕੀ ਕਹਿਣਾ ਚਾਹੋਗੇ? ਭਾਈ ਜੀ ਸਾਨੂੰ ਚਾਹੁੰਦਾ ਹੈ ਵੀ ਜਿਹੜਾ ਚਿੱਟੇ ਵੇਚਦੇ ਨੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਨੂੰ ਪੜ੍ਹ ਕੇ ਅੰਦਰ ਧੱਕਣਾ ਚਾਹੀਦਾ। ਇਹ ਕੋਈ ਇੱਥੇ ਸਰਕਾਰਾਂ ਆਉਂਦੀਆਂ ਨੇ ਸਭ ਲਾਲ ਭੂਪ ਦੇ ਕੇ ਪਰੇ ਹੋ ਜਾਂਦੇ ਨੇ। ਇਹਨਾਂ ਨੂੰ ਫੜੋ ਜਿਹੜਾ ਚਿੱਟਾ ਵੇਚਦੇ ਨੇ। ਜੇ ਕੰਪਲੇਂਟਾਂ ਵੀ ਕਰਦੇ ਆ ਕੋਈ ਨਹੀਂ ਪੜ੍ਹਦਾ ਇੱਥੇ। ਮੈਂ 10 ਵਾਰੀ ਕੰਪਲੇਂਟ ਕਰੀ ਆ, ਇੱਥੇ ਕੋਈ ਨਹੀਂ ਪੜ੍ਹਦਾ। ਜੇ ਪੜ੍ਹਦੇ ਤਾਂ ਗੱਲ ਕਰਨ। ਹਾਲੇ 4 ਦਿਨ ਹੋਏ ਨੇ ਮੇਰੇ ਪਿੰਡ ਦੇ, 5 ਸੇ ਰੋਜ਼ ਮੇਲਾ ਲੱਗਿਆ ਹੁੰਦਾ, ਕੋਈ ਪੜ੍ਹਦਾ ਇਹਨਾਂ ਨੂੰ ਪਤਾ ਨਹੀਂ। ਸ਼ਰੇਆਮ ਚਿੱਟਾ ਵਿਕਦਾ, ਸ਼ਰੇਆਮ ਜੀ, ਸ਼ਰੇਆਮ ਵਿਕਦਾ। ਮੁੰਡੇ ਦਾ ਨਾਂ ਕੀ ਸੀ ਜੀ? ਕਿਹਦਾ ਜੀ? ਹਰਪ੍ਰੀਤ ਸਿੰਘ ਨਾਂ ਜੀ। ਹਰਪ੍ਰੀਤ ਸਿੰਘ ਭਾਈ, ਇਹ ਨਸ਼ਾ ਕਾਹਦਾ ਕਰਦਾ ਸੀ ਤੁਸੀਂ? ਮੈਨੂੰ ਤਾਂ ਇਹ ਪਤਾ ਹੀ ਨਹੀਂ ਗਾ ਕੀ ਕਰਦਾ ਜੀ। ਤੁਸੀਂ ਐਵੇਂ ਹੀ ਨਸ਼ਾ ਕੇਂਦਰ 'ਚ ਜਮ੍ਹਾਂ ਨਹੀਂ ਕਰਵਾਇਆ ਸੀ? ਭਾਈ ਜੀ ਕਰਾਇਆ, ਮੈਂ ਤਾਂ ਬਹੁਤ ਵੇਲਣ ਵੇਲੇ ਨੇ। ਮੈਂ ਤਾਂ ਸਾਲੇ ਮੇਰਾ ਕਹਿੰਦਾ 4 ਮਹੀਨੇ ਨਹੀਂ ਹੋਏ ਨੂੰ ਆ ਪਤੰਗ ਚ ਪੈਂਦੇ ਨੇ, ਜਦੋਂ ਪਤਾ ਲੱਗਦਾ ਮਾਪਾ ਉਦੋਂ ਹੀ ਕਰਦਾ। ਮੇਰਾ ਪਿੰਡ ਲੋਹਗੜਾ ਹੈ। ਉੱਥੋਂ ਦੀ ਪੁਲਿਸ ਨੂੰ ਕਦੇ ਕੰਪਲੇਂਟ ਕੀਤੀ ਤੁਸੀਂ ਵੀ ਨਸ਼ਾ? ਭਾਈ ਜੀ 10 ਵਾਰੀ ਉੱਥੇ ਫੜ ਕੇ ਲੈ ਗਏ ਨੇ, ਛੱਡ ਦਿੰਦੇ ਨੇ। ਜੋਧਾ ਡਾਣਾ ਪੈਂਦਾ ਜਦੀ ਛੱਡ ਦਿੰਦੇ ਨੇ। ਡਾਣਾ ਕਿਹੜਾ ਪੈਂਦਾ? ਜੋਧਾ ਡਾਣਾ ਪੈਂਦਾ ਜੀ, ਜੋਧਾ ਡਾਣਾ। ਹਾਂ ਜੀ ਜਦੀ ਛੱਡ ਦਿੰਦੇ ਨੇ। ਹੁਣ ਮੁੰਡੇ ਦੀ ਡੈਡ ਬੋਡੀ ਕਿਹੜੀ ਜਗ੍ਹਾ ਤੋਂ ਮਿਲੀ ਹੈ? ਡੈਡ ਬੋਡੀ ਲੁਧਿਆਣੇ ਮਿਲੀ ਹੈ ਜੀ। ਲੁਧਿਆਣੇ ਮਿਲੀ ਹੈ? ਹਾਂ ਜੀ। ਜਾਣਦਾ ਭੂਲ ਗਿਆ ਜੀ, ਤਾਂ ਕੰਮ ਕਰਦੇ ਹੀ ਜਾਂਦਾ ਭੂਲ ਤੇ ਪਤਾ ਨਹੀਂ। ਠੀਕ ਹੈ। ਰੂਪੀ ਆ ਜਿਹੜਾ, ਰੂਪੀ ਕੀ ਕੰਮ ਕਰਦਾ? ਰੂਪੀ ਉਹ ਨਸ਼ਾਈ ਵੇਚਦਾ ਜੀ। ਉਹ ਨਸ਼ਾਈ ਵੇਚਦਾ? ਕਿੰਨੀ ਦੇਰ ਤੋਂ ਪਤਾ ਵੇਚ? ਉਹਨੂੰ ਘੱਟੋ ਘੱਟ 2 ਸਾਲ ਹੋ ਗਏ ਜੀ, ਕੋਈ ਨਹੀਂ ਪੜਦਾ ਉਹਨੂੰ, ਕੋਈ ਨਹੀਂ ਪੜਦਾ ਉਹਨੂੰ। ਅੱਜ ਮੁੰਡਾ ਗਵਾ ਲਿਆ ਤੁਸੀਂ ਨਸ਼ੇ ਦੇ ਕਾਰਨ। ਭਾਈ ਜੀ ਹੁਣ ਅਜੀ ਕੀ ਕਰੀਏ ਜੀ, ਤਾਂ ਬਥੇਰਾ ਸਰਕਾਰ ਨੂੰ ਪਿੜਦੇ ਆ। ਬਈ ਫੜੋ ਉਹਨਾਂ ਨੂੰ, ਕਰੋ, ਕੋਈ ਨਹੀਂ ਇੱਥੇ ਪੁੱਛਦਾ। ਭਾਈ ਜੀ ਇਹ ਤੁਹਾਡਾ ਪਿੰਡ ਜੋਧਾਂ ਦੇ ਕੋਲ ਹੈ? ਮੇਰਾ ਪਿੰਡ ਲੋਹਗੜ ਹੈ ਜੀ। ਲੋਹਗੜ ਪਿੰਡ? ਮੁੰਡੇ ਨੂੰ ਨਸ਼ਾ ਕੇਂਦਰ 'ਚ ਜਮ੍ਹਾਂ ਕਰਾਇਆ ਸੀ ਕਦੇ? ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਜੀ ਹਾਲੇ। ਸਾਨੂੰ ਤਾਂ ਹਾਲੇ ਭਾਈ ਕਿੰਨੀ ਕੁ ਬੰਦਾ ਰੱਖ ਹੀ ਰੱਖ ਲੂ ਜੀ, ਪੁੱਤ ਦੀ ਰੱਖ ਰੱਖ ਲੂ ਜੀ। ਅਸ਼ੀਸ਼ ਕੁਮਾਰ। ਕਿਹੜੀ ਜਗ੍ਹਾ ਹੈ ਇਹ? ਬੱਸ ਸਟੈਂਡ ਦੇ ਪੁੱਲ ਦੇ ਕੋਲ ਬਾਥਰੂਮ ਹੈਗਾ ਵਾ, ਉੱਥੇ ਹੀ ਹੈ ਬਿਲਕੁਲ। ਕਿੰਨੀ ਦੇਰ ਦਾ ਵਾਕਿਆ ਹੈ? ਇਹ ਸ਼ਾਮ ਨੂੰ ਸਾਰੇ ਇਕੱਠੇ ਹੋਏ ਸੀਗੇ, ਬੰਦ ਸੀਗਾ ਦਰਵਾਜ਼ਾ ਅੰਦਰ, ਤੇ ਉਹ ਖੋਲ ਨਹੀਂ ਰਿਹਾ ਸੀ ਮੁੰਡਾ। ਫਿਰ ਪੁਲਿਸ ਆਈ, ਉਹਨਾਂ ਨੇ ਦੇਖਿਆ ਅੰਦਰ ਖੋਲ ਕੇ, ਤੇ ਉਹਦੇ ਵਿੱਚ ਫਿਰ ਨਸ਼ੇ ਦੀ ਹਾਲਤ 'ਚ ਮਿਲਿਆ ਤੇ ਡੈਥ ਬੋਡੀ ਮਿਲੀ। ਕੋਈ ਡੋਜ਼ ਵੱਧ ਘੱਟ ਹੋ ਗਈ ਸੀ ਕੀ? ਡੋਜ਼ ਹੀ ਵੱਧ ਘੱਟ ਹੋ ਗਈ ਹੈ, ਤਾਂ ਹੀ ਕਰਕੇ ਨਾਲ ਸਰਿੰਜ ਵਗੈਰਾ ਵੀ ਮਿਲੀ। ਇੱਦਾਂ ਕਹਿ ਰਹੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਵੀ ਨਸ਼ੇ ਨੂੰ ਨਕਦ ਪਾਵਾਂਗੇ। ਪਹਿਲਾਂ ਕਾਂਗਰਸ ਸਰਕਾਰ ਆਈ ਤਾਂ ਉਹਨਾਂ ਨੇ ਵੀ ਨੱਕ ਨਹੀਂ ਪਾਈ, ਹੁਣ ਆਮ ਪਾਰਟੀ ਆਈ ਹੈ, ਹੁਣ ਵੀ ਨਸ਼ਾ ਲਗਾਤਾਰ ਵਧੀ ਜਾਂਦਾ ਪਿਆ। ਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਜੀ? ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ, ਸਰੇਆਮ ਸਭ ਨੂੰ ਪਤਾ ਪਿੰਡਾਂ ਦੇ ਵਿੱਚ ਨਸ਼ਾ ਚੱਲ ਰਿਹਾ, ਕਿੰਨੀ ਦੇਰ ਤੋਂ ਚੱਲ ਰਿਹਾ ਵਾ, ਉਹਨਾਂ ਨੂੰ ਛੂਟ ਮਿਲੀ ਹੋਈ ਹੈ, ਤਾਂ ਹੀ ਤਾਂ ਮਿਲ ਰਿਹਾ ਨਸ਼ਾ, ਈਜ਼ਲੀ ਕਿਉਂ ਮਿਲ ਰਿਹਾ ਨਸ਼ਾ? ਅਤੇ ਸਰਕਾਰ ਉਹਨਾਂ ਦਾ ਫਾਦਰ ਵੀ, ਬੱਚਾ ਜਿਹੜਾ ਮਰਿਆ ਵਿਚਾਰਾ, ਉਹ ਰੋ ਰੋ ਕੇ ਕਹਿ ਰਿਹਾ ਸੀਗਾ ਵੀ ਨਸ਼ਾ ਇੰਨਾ ਵਿਕ ਰਿਹਾ ਵਾ, ਤੁਸੀਂ ਫੜੋ ਤੁਸੀਂ ਫੜੋ, ਫਿਰ ਐਕਸ਼ਨ ਕਿਉਂ ਨਹੀਂ ਹੁੰਦਾ ਪਿਆ? ਸਭ ਨੂੰ ਪਤਾ ਹੈਗਾ, ਉਹਦੇ ਫਾਦਰ ਨੂੰ ਵੀ ਪਤਾ ਵਾ ਕਿੰਨੀ ਵਾਰੀ ਕੰਪਲੇਂਟ ਕੀਤੀ ਹੈਗੀ ਹੈ, ਇਸ ਵੇਲੇ ਕਾਰਵਾਈ ਹੋਣੀ ਚਾਹੀਦੀ ਹੈਗੀ। ਸਰ ਕਿੱਦਾਂ ਜੇ ਇੱਦਾਂ ਹੀ ਹਾਲਾਤ ਹੋਏ ਤਾਂ ਨਸ਼ੇ ਦੇ ਨੌਜਵਾਨੀ ਤਾਂ ਫਿਰ ਖਤਮ ਹੁੰਦੀ ਜਾਊਗੀ? ਪੰਜਾਬ ਦਾ ਸਭ ਨੂੰ ਪਤਾ ਹੀ ਹੈ ਜੀ ਕੀ ਨੌਜਵਾਨੀ ਹੋ ਰਹੀ ਹੈਗੀ ਹੈ, ਪਿੰਡਾਂ ਦੇ ਵਿੱਚ ਇਹ ਹਾਲ ਹੋ ਗਿਆ, ਹੁਣ ਸ਼ਹਿਰਾਂ ਦੇ ਵਿੱਚ ਵੀ ਪਹੁੰਚ ਰਿਹਾ ਵਾ, ਇਹੀ ਹਾਲ ਰਿਹਾ ਤਾਂ ਫਿਰ ਔਖਾ ਹੀ ਅੱਗੇ ਫਿਰ ਨੌਜਵਾਨੀ ਦਾ। ਠੀਕ ਆ ਭਾਈ। ਬਹੁਤ ਦੇਰ ਖੜਕਾਇਆ, ਹੋਰ ਬੰਦੇ ਨੇ ਵੀ ਖੜਕਾਇਆ। ਮੈਂ ਤਾਂ ਮੋਬਾਈਲ ਚੱਲਦਾ ਸੀ, ਕਹਿੰਦੇ ਫਿਲਮ ਨਾ ਦੇਖਦਾ। ਅੱਛਾ ਠੀਕ ਹੈ, ਗਾਣੇ ਲਾਏ ਸੀ। ਅੱਛਾ ਗਾਣੇ ਚੱਲਦੇ ਪਏ ਸੀ ਮੋਬਾਈਲ ਦੇ? ਅੱਛਾ ਆਵਾਜ਼ ਆ ਰਹੀ ਸੀ, ਆਵਾਜ਼ ਆ ਰਹੀ ਸੀ, ਗਾਣੇ ਚੱਲਦੇ ਪਏ ਸੀ। ਪੂਰਾ ਖੜਕਾਈ ਗਏ ਨਾਲ, ਕੋਈ ਨਸ਼ੇ ਦੀ ਵਾਧ ਘਾਟ ਹੋ ਗਈ ਹੈ? ਨਹੀਂ ਵਾਧ ਘਾਟ ਤਾਂ ਮੈਨੂੰ ਤਾਂ ਕੋਈ ਨਾ ਮੈਂ ਦੇਖਿਆ ਜੀ। ਹਾਂ ਅਤੇ ਡੈਥ ਹੋ ਗਈ ਹੈ? ਡੈਥ ਹੋ ਗਿਆ, ਕੁੰਡੀ ਖੋਲ੍ਹੀ ਉਹ ਵੀ ਪਤਾ ਲੱਗਿਆ ਪੰਨੇ ਦਰਵਾਜ਼ਾ। ਅੱਛਾ ਕੋਈ ਸਾਹ ਉਦੋਂ ਸਾਹ ਹੈਗੇ ਸੀ ਮਾੜੇ ਮੋਟੇ ਜਦੋਂ ਦਰਵਾਜ਼ਾ ਖੋਲ੍ਹਿਆ?
नशे नाल मरिया मां बाप कहते भी नशा शरेआम बिकता उस पिंड कुंडी लगी देखा हूं बाकी पड़ताल करके सारे मौका मिला जा करके उस तो बाद पता लगे जो मिले नशे की हालत च मिले डेड बॉडी नशे की हालत च मिली डेथ हो चुकी पड़ताल की जा रही है जो पड़ताल तो बाद जिस तरह होगा सारा कुछ कारवाई बंदा ही डेथ हो गया जी। हाँ जी डेथ सर उन्होंने मापिया का कहना भी शरेआम नशा बिकता अभी तो कंप्लेट भी की कदम कोई कारवाई नहीं हुई ਜਿਹਦੇ ਬਾਰੇ ਪੜਤਾਲ ਕਰਨੀ ਬਣਦੀ ਹੈ ਜੀ ਪੜਤਾਲ ਕਰਕੇ ਹੀ ਪਤਾ ਲੱਗੇ ਠੀਕ ਹੈ ਜੀ ਇੱਕ ਡੈੱਡ ਬੋਡੀ ਮਿਲੀ ਹੈ ਕਿਹੜੀ ਜਗ੍ਹਾ ਮਿਲੀ ਹੈ ਕੀ ਵਾਕਿਆ ਜੀ ਹੈ ਕਿੰਨੇ ਵਜੇ ਦਾ ਸ਼ਾਮੀ ਸਾਨੂੰ 4 ਵਜੇ ਤਲਾਹ ਮਿਲੀ ਹੈ ਬੱਸ ਅੱਡੇ ਦੇ ਕੋਈ ਪਾਰਕ ਦੇ ਨਾਲ ਲੈਟਰਿੰਗ ਬਾਥਰੂਮ ਬਣੇ ਨੇ ਉੱਥੋਂ ਤਲਾਹ ਮਿਲੀ ਕਿ ਇੱਕ ਬਾਥਰੂਮ ਕਿ ਲੈਟਰਿੰਗ ਗਿਆ ਬੰਦਾ ਤੇ ਬਾਹਰ ਨਹੀਂ ਨਿਕਲ ਰਿਹਾ ਅਸੀਂ ਮੌਕੇ ਤੇ ਜਾ ਕੇ ਦੇਖਿਆ ਦਰਵਾਜ਼ਾ ਖੋਲ੍ਹਿਆ ਤੇ ਇੱਕ ਵਿਅਕਤੀ ਡੈੱਡ ਬੋਡੀ ਮਿਲੀ ਸੀ ਤੇ ਜਿਹਦਾ ਸਾਨੂੰ ਨਾਮ ਪਤਾ ਹਰਪ੍ਰੀਤ ਲੱਗਾ ਜੋ ਪਿੰਡ ਲੋਹਗੜ੍ਹ ਦਾ ਰਹਿਣ ਵਾਲਾ ਆ ਉਹਦੇ ਘਰ ਦੇ ਆ ਰਹੇ ਨੇ ਉਹਨੇ ਆਉਣ ਤੇ ਇਹਦਾ ਪੋਸਟਮਾਰਟਮ ਕਰਾ ਜਾਊਗਾ ਪੋਸਟਮਾਰਟਮ ਕਰਕੇ ਜੈਸੀ ਸੂਰਤ ਵਾਇਸ ਕਰ ਸਰ ਕੋਈ ਨਸ਼ੇ ਦਾ ਆਦੀ ਲੱਗਦਾ ਸੀ ਕਿ ਨਹੀਂ ਇਹਦਾ ਪੋਸਟਮਾਰਟਮ ਬਾਅਦ ਲੱਗੂ ਪਤਾ ਕੀ ਹੋਇਆ ਪਰਿਵਾਰ ਨੂੰ ਮੈਂ ਸੁਨੇਹਾ ਦਿੱਤਾ ਜੀ ਪਰਿਵਾਰ ਨੂੰ ਸੁਨੇਹਾ ਦਿੱਤਾ ਪਰਿਵਾਰ ਆ ਰਿਹਾ ਹਾਂ ਜੀ ਸਰ ਜਾਂਚ ਪੂਰੀ ਚੱਲੀ ਜਾਊ ਪੜਤਾਲ ਪੂਰੀ ਚੱਲ ਰਹੀ ਹੈ ਜੀ ਕਾਰਵਾਈ ਹੋ ਰਹੀ ਹੈ ਸਰ ਕਿਹੜੇ ਥਾਣੇ ਦਾ ਮਾਮਲਾ ਜੀ ਇਹ ਡਿਵੀਜ਼ਨ ਨੰਬਰ 5 ਦਾ ਚੌਂਕੀ ਕੋਚ ਲੱਗਦਾ ਠੀਕ ਹੈ ਸਰ ਕੀ ਨਾਮ ਆਪਣਾ ਇਹ ਸੀ ਕ੍ਰਿਸ਼ਨ ਲਾਲਮਾ ਚੌਂਕੀ ਜਾਜ ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ ਕੀ ਤੁਸੀਂ ਪਰੇਸ਼ਾਨ ਹੋ ਤਾਂ ਅੱਜ ਹੀ ਸੰਪਰਕ ਕਰੋ ਮੀਆਂ ਸੁਬੇਰ ਖਾਨ 98154 6154 ਪਤਾ ਲੁਧਿਆਣਾ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਕੰਮ ਦੀ ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਲਵੋ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਮੋਹਣੀ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੌਤਨ ਦੁਸ਼ਮਣ ਦਾ ਖਾਤਮਾ ਤਲਾਕ ਕੇਸ ਵਿਦੇਸ਼ ਯਾਤਰਾ ਜ਼ਮੀਨੀ ਝਗੜਾ ਕਰਜ਼ਾ ਮੁਕਤੀ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਚ ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੀਆਂ ਸੁਬੇਰ ਖਾਨ 98154 6154 ਪਤਾ ਲੁਧਿਆਣਾ